ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੁਗਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ ਦੇ ਚੱਲਦਿਆਂ ਸੂਬੇ ਵਿੱਚ 85 ਫੀਸਦੀ ਪੂੰਜੀਕਾਰੀ ਤੇ ਗਰਾਵੜ ਦਰਤ ਕੀਤੀ ਗਈ ਹੈ ਜਿਹੜੀ ਸੂਬੇ ਲਈ ਇੱਕ ਖਤਰੇ ਦੀ ਘੰਟੀ ਹੈ। ਮਿਲਿਆ ਰਿਪੋਰਟਾਂ ਦੇ ਹਵਾਲੇ ਨਾਲ ਤਰਨ ਚੁਗਨੇ ਕਿਹਾ ਕਿ ਇਸ ਵੱਡੀ ਗਰਾਵੜ ਦਾ ਕਾਰਨ ਪੰਜਾਬ ਵਿੱਚ ਡਰੱਗ ਮਾਫੀਆ, ਸ਼ਰਾਬ ਮਾਫੀਆ ਤੇ ਰੇਤ ਮਾਫੀਆ ਨੂੰ ਸੂਬਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸੁਰੱਖਸ਼ਣ ਹੈ। ਚੁਗਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਰੰਗਲਾ ਪੰਜਾਬ ਦੇ ਨਾਂ ਤੇ ਇੱਕ ਝੂਠਾ ਮਖੌਟਾ ਤਿਆਰ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਕਈ ਸੰਤਾ ਪੰਜਾਬ ਚੋਂ ਬਾਹਰ ਜਾ ਰਹੀਆਂ ਨੇ